ਉਹਦੀਆਂ ਖਾਸ ਗੱਲਾਂ ਮੈਨੂੰ ਇਹ ਲੱਗੀਆਂ ਵੀ ਇੱਕ ਤੇ ਖਾਸ ਗੱਲ ਉਹ ਬੰਦਾ ਲਾਲਚੀ ਹੈ ਨਹੀਂ ਸਵਾਰਥੀ ਹੈ ਨਹੀਂ ਉਸਨੇ ਕੋਈ ਨਵੀਂ ਸੰਪਰਦਾ ਖੜੀ ਨਹੀਂ ਕੀਤੀ ਜਿੰਨੇ ਵੀ ਨੌਜਵਾਨਾਂ ਨੂੰ ਨਸ਼ੇ ਨਾਲੋਂ ਹਟਾ ਕੇ ਗੁਰੂ ਨਾਲ ਜੋੜਦਾ ਏ ਉਹ ਕਿਸੇ ਸੰਪਰਦਾ ਨਾਲ ਨਹੀਂ ਜੋੜ ਰਿਹਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਹੈ ਤੇ ਉਹਦੀ ਤੀਸਰੀ ਗੱਲ ਜਿਹੜੀ ਸਭ ਤੋਂ ਵਧੀਆ ਇਹ ਲੱਗੀ ਹੈਗੀ ਆ ਵੀ ਕਈ ਸੰਵੇਦਨਸ਼ੀਲ ਸਿੱਖਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵੀ ਸਾਡੀ ਕੌਮ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵੱਡੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈਣਾ ਬਹੁਤ ਆਤ ਲੋਕ ਵਿਚਾਰੇ ਸਾਡੇ ਅਣਜਾਣ ਹੈਗੇ ਆ ਜਿਨ੍ਹਾਂ ਨੂੰ ਕੋਈ ਖਤਰਾ ਹੀ ਨਹੀਂ ਲੱਗਦਾ ਹੈਗਾ ਵੀ ਕੋਈ ਖਤਰਾ ਹੈ ਨਹੀਂ ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ ਵਿੱਚ ਗੱਲ ਕਰਦੇ ਹਾਂ ਅੰਮ੍ਰਿਤਪਾਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ 2 ਦਿਨਾਂ ਤੋਂ ਅੰਮ੍ਰਿਤਪਾਲ ਤੇ ਪੁਲਿਸ ਦਾ ਬਹੁਤ ਹੀ ਵੱਡਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਹਜੇ ਤੱਕ ਇਹ ਕਲੀਅਰ ਹੀ ਨਹੀਂ ਹੋ ਰਿਹਾ ਕਿ ਅੰਮ੍ਰਿਤਪਾਲ ਹੈ ਕਿੱਥੇ ਉਸ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਹੋਈ ਕੱਲ ਤੁਹਾਨੂੰ ਅਸੀਂ ਉਹਦੇ ਮਾਪਿਓ ਦਾ ਪੱਖ ਵੀ ਦਿਖਾਇਆ ਸੀ ਉਹਦੇ ਮਾਪਿਓ ਦੇ ਇੱਥੇ ਇਲਜ਼ਾਮ ਲਗਾਏ ਨੇ ਪੁਲਿਸ ਦੇ ਉੱਪਰ ਕਿ ਸਾਡੇ ਮੁੰਡੇ ਦਾ ਐਨਕਾਊਂਟਰ ਕਰਨਾ ਚਾਹੁੰਦੀ ਹੈ ਪੁਲਿਸ ਜੇਕਰ ਸਾਡੇ ਮੁੰਡੇ ਨੂੰ ਫੜਨਾ ਚਾਹੁੰਦੀ ਸੀ ਤਾਂ 9 ਵਜੇ ਤੱਕ ਘਰ ਸੀ ਉਸ ਨੂੰ ਘਰੋਂ ਚੁੱਕ ਲੈਂਦੇ ਰਸਤੇ 'ਚ ਫੜਨ ਦੀ ਕੀ ਲੋੜ ਸੀ ਖੈਰ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ ਬੀਤੇ ਸ਼ਾਮ ਦੁਆਰਾ ਘੇਰਾ ਪਾਇਆ ਗਿਆ ਸੀ ਉਹਨਾਂ ਦੇ ਪਿੰਡ ਵਿੱਚ ਅੰਮ੍ਰਿਤਪਾਲ ਦੇ ਪਿੰਡ ਵਿੱਚ ਕੱਲ ਘੇਰਾ ਪਾਇਆ ਗਿਆ ਤਾਂ ਉਸ ਦੇ ਚਾਚਾ ਜੀ ਗੁਰਦੁਆਰੇ ਅੰਦਰ ਚਲੇ ਗਏ ਤਾਂ ਫਿਰ ਅਨਾਊਂਸਮੈਂਟ ਕਰਵਾਈ ਗਈ ਗੁਰਦੁਆਰੇ ਵਿੱਚੋਂ ਕਿ ਆਪ ਸਰੈਂਡਰ ਕਰ ਦਿਓ ਤਾਂ ਜਿਸ ਤੋਂ ਬਾਅਦ ਪਿੰਡ ਵਾਲੀ ਸਹਿਮਤੀ ਨਾਲ ਉਸ ਦੇ ਚਾਚਾ ਜੀ ਨੇ ਖੁਦ ਹੀ ਗ੍ਰਿਫਤਾਰੀ ਦਿੱਤੀ ਹੈ ਪੁਲਿਸ ਨੂੰ ਹੁਣ ਦੋਸਤੋ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਜਿੱਥੇ ਇੰਨੇ ਨੌਜਵਾਨ ਨਾਲ ਖੜੇ ਨੇ ਤੁਹਾਨੂੰ ਅਸੀਂ ਕੱਲ ਪਰਸੋਂ ਵੀ ਵੀਡੀਓ ਵੀ ਦਿਖਾ ਚੁੱਕੇ ਹਾਂ ਹੁਣ ਸਿੱਖ ਜਥੇਬੰਦੀ ਦੇ ਆਗੂ ਹਰਚਰਨ ਸਿੰਘ ਜੀ ਉਹਨਾਂ ਦੀ ਹਮਾਇਤ ਵਿੱਚ ਸਾਹਮਣੇ ਆ ਗਏ ਨੇ ਹਾਲਾਂਕਿ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਅੰਮ੍ਰਿਤਪਾਲ ਦੀ ਕੁਝ ਗੱਲਾਂ ਤੋਂ ਸਹਿਮਤ ਨਹੀਂ ਹਾਂ ਪਰ ਮੈਂ ਉਹਨਾਂ ਦੀ ਇੱਕ ਬਹੁਤ ਵੱਡੀ ਗੱਲ ਦਾ ਫੈਨ ਹਾਂ ਜਾਂ ਸਹਿਮਤ ਹਾਂ ਉਹਨਾਂ ਦੇ ਨਾਲ ਕਿ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਨੇ ਇਸ ਪੂਰੇ ਮੌਕੇ ਤੇ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਇਕੱਠੇ ਹੋ ਕੇ ਅੰਮ੍ਰਿਤਪਾਲ ਦੇ ਹੱਕ ਵਿੱਚ ਆਓ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਤੇ ਪਹਿਲਾਂ ਤੁਸੀਂ ਵੀ ਸੁਣੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ 12 ਘੰਟਿਆਂ ਦੇ ਵਿੱਚ ਮੀਡੀਆ ਦੇ ਵਿੱਚ ਸਾਰੀ ਚਰਚਾ ਦੇਖ ਲਈ ਆ ਵੀ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਸਾਰੀ ਪੁਲਿਸ ਜਿਹੜੀ ਆ ਉਹ ਘੇਰਨ ਵਾਸਤੇ ਗਈ ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ ਇਹ ਮੈਨੂੰ ਨਹੀਂ ਪਤਾ ਹੈਗਾ ਮੈਂ ਹੁਣ ਇਸ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਮੈਂ ਸਾਰੀ ਕੌਮ ਨੂੰ ਕਹਿਣਾ ਚਾਹੁੰਦਾ ਚਾਹੇ ਕੋਈ ਟਕਸਾਲੀ ਹੈ ਚਾਹੇ ਕੋਈ ਅਕਾਲੀ ਹੈਗਾ ਹੈ ਚਾਹੇ ਨਾਨਕਸਰੀਆ ਹੈ ਚਾਹੇ ਕੋਈ ਸਾਡਾ ਮਿਸ਼ਨਰੀ ਭਰਾ ਹੈਗਾ ਹੈ ਚਾਹੇ ਖੰਡ ਕੀਰਤਨੀਏ ਆ ਕੋਈ ਵੀ ਗੁਰਮੁਖ ਪਿਆਰਾ ਜਿੰਨੀਆਂ ਵੀ ਸੰਪਰਦਾ ਵਾਲੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅੱਜ ਬੇਨਤੀ ਕਰਦਾ ਯਾਰ ਮੈਂ ਦੱਸਣਾ ਚਾਹੁੰਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਬੇਸ਼ੱਕ ਮੈਂ 100% ਉਹਦੇ ਨਾਲ ਸਹਿਮਤ ਨਹੀਂ ਹੈਗਾ ਕਈ ਗੱਲਾਂ ਦੇ ਨਾਲ ਮੇਰੀ ਸਹਿਮਤੀ ਹੈ ਨਹੀਂ ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਖਾਸ ਗੱਲ ਹੈ ਜਿਹੜੀ ਮੇਰੇ ਦਿਲ ਨੂੰ ਟੁੰਬਦੀ ਹੈਗੀ ਹੈ ਜਿਹਦੇ ਕਰਕੇ ਮੈਂ ਸਾਰੀ ਕੌਮ ਨੂੰ ਅੱਜ ਕਹਿਣਾ ਚਾਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਉਸ ਬੰਦੇ ਦੀ ਵਿਸ਼ੇਸ਼ਤਾ ਇਹ ਹੈਗੀ ਆ ਵੀ ਜਿਹੜਾ ਕੰਮ ਪੰਜਾਬ ਦੇ ਵਿੱਚ ਗੌਰਮੈਂਟ ਜਿਹੜੀ ਆ ਉਹ 100 ਸਾਲ ਤੱਕ ਨਹੀਂ ਸੀ ਕਰ ਸਕਦੀ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਵੱਲ ਜੋੜਨਾ ਜਾਂ ਚੰਗੇ ਪਾਸੇ ਲਾਉਣਾ ਉਸ ਬੰਦੇ ਨੇ 1 ਮਹੀਨਿਆਂ ਦੇ ਵਿੱਚ ਇਹ ਕਰਕੇ ਵਿਖਾ ਦਿੱਤਾ ਵੀ ਇਹ ਹੋ ਸਕਦਾ ਜੇਕਰ ਕੋਈ ਸੁਹਿਰਦ ਹੋ ਕੇ ਦੁਨੀਆ ਦਾ ਜਾਂ ਮਨੁੱਖਤਾ ਦਾ ਭਲਾ ਕਰਨਾ ਚਾਹੇ ਤੇ ਉਹ ਕਰ ਸਕਦਾ ਉਹਦੀਆਂ ਖਾਸ ਗੱਲਾਂ ਮੈਨੂੰ ਇਹ ਲੱਗੀਆਂ ਵੀ ਇੱਕ ਤੇ ਖਾਸ ਗੱਲ ਉਹ ਬੰਦਾ ਲਾਲਚੀ ਹੈ ਨਹੀਂ ਸਵਾਰਥੀ ਹੈ ਨਹੀਂ ਦੂਸਰੀ ਗੱਲ ਉਸ ਬੰਦੇ ਦੀ ਇਹ ਵਧੀਆ ਲੱਗੀ ਵੀ ਉਸ ਬੰਦੇ ਨੇ ਕੋਈ ਆਪਣਾ ਧੜਾ ਖੜਾ ਨਹੀਂ ਕੀਤਾ ਉਸਨੇ ਕੋਈ ਨਵੀਂ ਸੰਪਰਦਾ ਖੜੀ ਨਹੀਂ ਕੀਤੀ ਜਿੰਨੇ ਵੀ ਨੌਜਵਾਨਾਂ ਨੂੰ ਨਸ਼ੇ ਨਾਲੋਂ ਹਟਾ ਕੇ ਗੁਰੂ ਨਾਲ ਜੋੜਦਾ ਏ ਉਹ ਕਿਸੇ ਸੰਪਰਦਾ ਨਾਲ ਨਹੀਂ ਜੋੜ ਰਿਹਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਹੈਗਾ ਤੇ ਉਹਦੀ ਤੀਸਰੀ ਗੱਲ ਜਿਹੜੀ ਸਭ ਤੋਂ ਵਧੀਆ ਇਹ ਲੱਗੀ ਹੈਗੀ ਆ ਵੀ ਕਈ ਸੰਵੇਦਨਸ਼ੀਲ ਸਿੱਖਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵੀ ਸਾਡੀ ਕੌਮ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵੱਡੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈਣਾ ਬਹੁਤ ਆਤ ਲੋਕ ਵਿਚਾਰੇ ਸਾਡੇ ਅਣਜਾਣ ਹੈਗੇ ਆ ਜਿਨ੍ਹਾਂ ਨੂੰ ਕੋਈ ਖਤਰਾ ਹੀ ਨਹੀਂ ਲੱਗਦਾ ਹੈਗਾ ਵੀ ਕੋਈ ਖਤਰਾ ਹੈ ਨਹੀਂ ਤੇ ਜਿਹੜੇ ਸੰਵੇਦਨਸ਼ੀਲ ਸਿੱਖ ਹੈਗੇ ਉਹਨਾਂ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਹੈਗਾ ਜਿਹੜਾ ਪੰਥ ਦਾ ਦਰਦ ਲੈ ਕੇ ਉਹ ਸਾਰਾ ਕੁਝ ਆਪਣਾ ਕਾਰੋਬਾਰ ਉੱਥੇ ਛੱਡ ਕੇ ਤੇ ਪੰਜਾਬ ਪਹੁੰਚ ਗਿਆ
ਅਸੀਂ ਜਿਹੜੇ ਲੋਕ ਵਿਦੇਸ਼ਾਂ ਵਿੱਚ ਬੈਠੇ ਹੈਗੇ ਆ ਤੇ ਪੰਜਾਬ ਦੇ ਲੋਕ ਕਹਿੰਦੇ ਯਾਰ ਤੁਸੀਂ ਪੰਥਕ ਬਣੇ ਫਿਰਦੇ ਜੇ ਪੰਥਕ ਹੈਗੇ ਜੇ ਤੇ ਤੁਸੀਂ ਸਾਰਾ ਕੁਝ ਛੱਡ ਕੇ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਤੇ ਸੇਵਾ ਕਰੋ। ਤੇ ਮੈਂ ਕਹਿੰਦਾ ਵੀ ਅੱਜ ਉਹ ਨੌਜਵਾਨ ਸਾਰਾ ਕੁਝ ਛੱਡ ਕੇ ਤੇ ਅੱਜ ਪੰਜਾਬ ਦੇ ਵਿੱਚ ਸੇਵਾ ਕਰਨ ਵਾਸਤੇ ਮਨੁੱਖਤਾ ਦੀ ਆਇਆ, ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਆਇਆ। ਤੇ ਯਾਰ ਸਾਡਾ ਫਰਜ਼ ਬਣਦਾ ਵੀ ਸਾਰੇ ਉਹਦਾ ਸਾਥ ਦਈਏ, ਘੱਟ ਤੋਂ ਘੱਟ ਯਾਰ ਹਾਂ ਦਾ ਨਾਰਾ ਤੇ ਮਾਰੀਏ, ਹਾਂ ਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ। ਮੈਂ ਕਹਿੰਦਾ ਵੀ ਤੁਹਾਡੇ ਮਤਭੇਦ ਹੋ ਸਕਦੇ ਸਾਰਿਆਂ ਦੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ, ਮਤਭੇਦ ਹਰ ਇੱਕ ਸੰਪਰਦਾ ਦਾ ਮੁਖੀ ਲੈ ਲਓ ਨਾ, ਉਹਦੇ ਨਾਲ ਸਾਰੀ ਕੌਮ ਸਹਿਮਤ ਨਹੀਂ ਹੈਗੀ। ਇਸ ਸੱਚ ਨੂੰ ਸਵੀਕਾਰ ਕਰੋ, ਚਾਹੇ ਕੋਈ ਮਿਸ਼ਨਰੀ ਹੋਵੇ, ਚਾਹੇ ਕੋਈ ਟਕਸਾਲੀ ਹੋਵੇ, ਚਾਹੇ ਕੋਈ ਨਾਨਕਸਰੀਆ ਹੋਵੇ, ਚਾਹੇ ਖੰਡ ਕੀਰਤਨੀਆ ਹੋਵੇ, ਜਾਂ ਹਰ ਇੱਕ ਸੰਪਰਦਾ ਦੇ ਪ੍ਰਤੀ ਨਾ ਸਾਰੀ ਕੌਮ ਸਮਰਪਿਤ ਨਹੀਂ ਹੈਗੀ। ਉਹਦੇ ਕੋਈ ਨਾ ਕੋਈ ਮਤਭੇਦ ਹੁੰਦੇ ਆ ਵੀ ਯਾਰ ਟਕਸਾਲ ਦਾ ਮੇਰਾ ਇਸ ਕਰਕੇ ਵਿਰੋਧ ਹੈਗਾ ਵਾ, ਮਿਸ਼ਨੀਆਂ ਦਾ ਮੈਂ ਇਸ ਕਰਕੇ ਵਿਰੋਧ ਕਰਦਾ, ਜਾਂ ਖੰਡ ਕੀਰਤਨੀਆਂ ਦਾ ਇਸ ਕਾਰਨ ਵਿਰੋਧ ਕਰਦਾ, ਨਾਨਕਸਰੀਆਂ ਦਾ ਇਸ ਕਾਰਨ ਵਿਰੋਧ ਕਰਦਾ। ਉਹਦੇ ਵਿੱਚ ਕੁਝ ਕਾਰਨ ਹੁੰਦੇ ਆ, ਹਰ ਇੱਕ ਸੰਪਰਦਾ ਦੇ ਨਾਲ ਸਾਰੀ ਕੌਮ ਕਦੀ ਸਹਿਮਤ ਨਹੀਂ ਹੁੰਦੀ। ਤੇ ਮੈਂ ਦੂਸਰੀ ਗੱਲ ਕਹਿਣਾ ਚਾਹੁੰਦਾ ਵੀ ਜੇਕਰ ਤੁਸੀਂ ਸਾਰੇ ਅੰਮ੍ਰਿਤਪਾਲ ਦੇ ਨਾਲ ਕਈ ਗੱਲਾਂ ਤੋਂ ਇਹਦੇ ਨਾਲ ਸਹਿਮਤ ਨਹੀਂ ਵੀ ਹੈਗੇ, ਪਰ ਜਿੱਥੇ ਯਾਰ ਪੰਥਕ ਮਸਲਾ ਹੋਵੇ ਉੱਥੇ ਹਰ ਇੱਕ ਬੰਦਾ ਜਿਹੜਾ ਮੈਦਾਨ ਦੇ ਵਿੱਚ ਨਿਤਰਿਆ ਕਰੋ, ਕਿਸੇ ਵੀ ਸੰਪਰਦਾ ਦਾ ਬੰਦਾ ਹੋਵੇ, ਕਿਸੇ ਮਿਸ਼ਨੀ ਕਾਲ ਦਾ ਜਾਂ ਸੰਸਥਾ ਦਾ ਕੋਈ ਵੀ ਬੰਦਾ ਹੋਵੇ, ਉਸ ਬੰਦੇ ਨੂੰ ਚਾਹੀਦਾ ਜਦੋਂ ਸਾਡੇ ਪੰਥਕ ਮਸਲਿਆਂ ਦੇ ਉੱਤੇ ਕੋਈ ਮੈਦਾਨ ਦੇ ਵਿੱਚ ਨਿਤਰ ਕੇ ਗੱਲ ਕਰਦਾ ਤੇ ਉਸ ਵਕਤ ਸਾਨੂੰ ਸਾਥ ਦੇਣਾ ਚਾਹੀਦਾ। ਤੇ ਚਲੋ ਤੁਸੀਂ ਪੰਥਕ ਮਸਲਿਆਂ ਕਰਕੇ ਨਾ ਵੀ ਦਿਓ ਅੰਮ੍ਰਿਤਪਾਲ ਸਿੰਘ ਦਾ ਸਾਥ, ਪਰ ਇਸ ਕਰਕੇ ਦੇ ਦਿਓ ਵੀ ਅੰਮ੍ਰਿਤਪਾਲ ਦਾ ਗੁਨਾਹ ਕੀ ਹੈਗਾ ਯਾਰ, ਉਹ ਅਹਿੰਸਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਬੰਦਾ ਕੌਮ ਦਾ ਪ੍ਰਚਾਰ ਕਰ ਰਿਹਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਗੁਰੂ ਨਾਲ ਜੋੜ ਰਿਹਾ, ਜਾਂ ਤੇ ਉਸ ਬੰਦੇ ਨੇ ਯਾਰ ਲੋਕ ਮਾਰ ਦਿੱਤੇ ਹੋਣੇ ਨਿਰਦੋਸ਼, ਤੇ ਅਸੀਂ ਵੀ ਵਿਰੋਧ ਕਰੀਏ ਯਾਰ ਵੀ ਇਹ ਬੰਦਾ ਗਲਤ ਹੈਗਾ, ਸਾਡੀ ਸਿੱਖੀ ਨੂੰ ਕਲੰਕ ਲਾ ਰਿਹਾ। ਉਸ ਬੰਦੇ ਨੇ ਕੋਈ ਵੀ ਇਹੋ ਜਿਹਾ ਅੱਜ ਤੱਕ ਕਰਮ ਨਹੀਂ ਕੀਤਾ ਜਿਸ ਕਾਰਨ ਸਾਡੇ ਪੰਥ ਨੂੰ ਨਮੋਸ਼ੀ ਉਠਾਉਣੀ ਪਵੇ, ਜਾਂ ਸਾਨੂੰ ਮਹਿਸੂਸ ਹੋਵੇ ਵੀ ਯਾਰ ਇਹ ਗੁਰਮਤਿ ਤੋਂ ਗਲਤ ਉਲਟ ਜਾ ਕੇ ਕੰਮ ਕਰ ਰਿਹਾ ਹੈਗਾ। ਉਹ ਜਿੰਨਾ ਕਰਮ ਵੀ ਉਹਨੇ ਕੀਤੇ ਹੈਗੇ ਆ, ਨਸ਼ੇ ਛਡਾਉਣ ਵਾਲੇ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਉਣਾ, ਇਹ ਕੰਮ ਜਿਹੜਾ ਗਵਰਨਮੈਂਟਾਂ ਤੋਂ ਤੁਸੀਂ ਭਾਵੇਂ 100 ਸਾਲ ਬੀਤ ਰੱਖ ਛੱਡਦੇ ਤੇ ਇਹ ਨਹੀਂ ਸੀ ਹੋ ਸਕਦਾ, ਨਹੀਂ ਕਰ ਸਕਦੀਆਂ। ਤੇ ਜਿਹੜਾ ਕੰਮ ਉਹਨੇ ਕੁਝ ਮਹੀਨਿਆਂ ਦੇ ਵਿੱਚ ਕਰਕੇ ਦਿਖਾ ਦਿੱਤਾ, ਇਸ ਵਾਸਤੇ ਜਿੰਨੀਆਂ ਸੰਪਰਦਾ ਵਾਲੇ ਸਾਡੇ ਗੁਰਸਿੱਖ ਹੈਗੇ ਆ, ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਆ ਯਾਰ, ਇਸ ਗੱਲ ਦਾ ਵਿਰੋਧ ਕਰੋ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਦੋਸ਼ ਹੈ ਨਹੀਂ ਆ। ਇੱਥੋਂ ਤੱਕ ਵੀ ਕਾਨੂੰਨ ਕਹਿੰਦਾ ਵੀ ਕਿਸੇ ਬੰਦੇ ਦਾ ਦੋਸ਼ ਹੋਵੇ ਤੇ ਸੰਮਣ ਜਾਰੀ ਹੋਣ, ਜਾਂ ਉਹਦੇ ਕੋਈ ਵਾਰੰਟ ਕੱਢੇ ਜਾਣ ਵੀ ਇਹਨੇ ਇਹ ਗੁਨਾਹ ਕੀਤਾ ਹੈਗਾ। ਯਾਰ ਜਿਸ ਬੰਦੇ ਨੇ ਕੋਈ ਗੁਨਾਹ ਕੀਤਾ ਨਹੀਂ, ਕੋਈ ਗੁਨਾਹ ਉਹਦਾ ਸਾਬਤ ਕਰ ਹੀ ਨਹੀਂ ਸਕੀ ਗੌਰਮੈਂਟ, ਤੇ ਉਸ ਬੰਦੇ ਨੂੰ ਫੜਨ ਵਾਸਤੇ ਤੇ ਮਤਲਬ ਇਹ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਪੁਲਿਸ ਇਕੱਠੀ ਹੋ ਕੇ ਉਹਦੇ ਉੱਪਰ ਚੜ ਜੇ ਤੇ ਯਾਰ ਗਲਤ ਗੱਲ ਹੈਗੀ ਆ। ਇਸ ਵਾਸਤੇ ਜਿਹੜਾ ਧੱਕਾ ਹੋ ਰਿਹਾ ਨਾ, ਉਸ ਗੱਲ ਦਾ ਯਾਰ ਹਾਂ ਦਾ ਨਾਰਾ ਇਸੇ ਕਰਕੇ ਮਾਰ ਦਿਓ ਵੀ ਯਾਰ ਉਹ ਬੰਦਾ ਨਿਰਦੋਸ਼ ਹੈਗਾ। ਠੀਕ ਆ, ਸਾਡੇ ਮਤਭੇਦ ਹੋ ਸਕਦੇ ਆ, ਇਹੋ ਜਿਹੇ ਮਸਲਿਆਂ ਦੇ ਵਿੱਚ, ਇੱਕ ਪੰਥਕ ਮਸਲਿਆਂ ਦੇ ਵਿੱਚ ਇਕੱਠੇ ਹੋ ਜਾਇਆ ਕਰੋ, ਤੇ ਸਾਰਿਆਂ ਨੂੰ ਬੇਨਤੀ ਹੈਗੀ ਜੀ ਹਾਂ ਦਾ ਨਾਰਾ ਮਾਰੋ, ਆਓ ਮੈਦਾਨ ਦੇ ਵਿੱਚ, ਸਾਰੇ ਜਾਣੇ ਇੰਟਰਨੈਟ ਤੇ ਦੱਸੋ ਵੀ ਗਲਤ ਹੋਇਆ, ਇਹ ਡੈਮੋਕਰੇਸੀ ਦਾ ਕਤਲ ਹੈਗਾ, ਲੋਕਤੰਤਰ ਦਾ ਕਤਲ ਹੈਗਾ ਵੀ ਕੋਈ ਬੰਦਾ ਅਹਿੰਸਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਜੇਕਰ ਆਪਣੀ ਕੌਮ ਦੀ ਗੱਲ ਕਰਦਾ, ਪ੍ਰਚਾਰ ਕਰ ਰਿਹਾ ਹੈਗਾ ਆਪਣੇ ਹੱਕਾਂ ਦੀ, ਤੇ ਉਸ ਬੰਦੇ ਨੂੰ ਇੰਜ ਨਹੀਂ ਦਬਾਇਆ ਜਾ ਸਕਦਾ, ਗਲਤ ਗੱਲ, ਲੋਕਤੰਤਰ ਦਾ ਕਤਲ ਹੈਗਾ। ਸੋ ਇਹਦੇ ਵਿੱਚ ਕੋਈ ਵੀ ਗੁਨਾਹ ਹੈ ਨਹੀਂ ਆ, ਇਹਦੇ ਵਿੱਚ ਹਰ ਇੱਕ ਜਿਹੜਾ ਨਾਗਰਿਕ ਹੁੰਦਾ ਕਿਸੇ ਮੁਲਕ ਦਾ, ਉਹਦਾ ਅਧਿਕਾਰ ਬਣਦਾ ਹੈ ਵੀ ਉਹਦੇ ਉਹਨੂੰ ਕਿਸੇ ਬਿਨਾਂ ਵਜ੍ਹਾ ਤੋਂ ਕੋਈ ਵੀ ਗੌਰਮੈਂਟ ਜਿਹੜੀ ਕਿਸੇ ਨੂੰ ਕੋਈ ਦਬਾ ਨਹੀਂ ਸਕਦੀ, ਇਹ ਲੋਕਤੰਤਰ ਦਾ ਘਾਣ ਹੈਗਾ, ਇਹਦਾ ਵਿਰੋਧ ਕਰੋ। ਤੇ ਜਿੰਨਾ ਸਾਡਾ ਏਗਾ ਹੋਏਗਾ ਏਕਾ ਕਰਕੇ ਸਾਬਤ ਕਰ ਦਿਓ ਵੀ ਅਗਾਂਹ ਵਾਸਤੇ ਕੋਈ ਵੀ ਕੋਈ ਪੰਥਕ ਮਸਲੇ ਵਾਸਤੇ ਕੋਈ ਮੈਦਾਨ ਦੇ ਵਿੱਚ ਨਿਤਰਦਾ ਹੈਗਾ ਤੇ ਸਾਡੇ ਵਿਰੋਧੀ ਜਦੋਂ ਨੂੰ ਹੱਥ ਪਾਉਣ ਤੇ ਉਹਨਾਂ ਨੂੰ 50 ਵਾਰ ਸੋਚਣਾ ਪਵੇ ਨਹੀਂ ਵੀ ਜੇਕਰ ਅਸੀਂ ਇਹਨਾਂ ਨੂੰ ਹੱਥ ਪਾਇਆ ਤੇ ਆਉਣ ਵਾਲੇ ਸਮੇਂ 'ਚ ਇਹ ਕੰਮ ਵਿਗੜ ਸਕਦਾ ਹੈਗਾ, ਮਾਹੌਲ ਖਰਾਬ ਹੋ ਸਕਦਾ, ਇੰਡੀਆ ਦੀ ਸ਼ਾਂਤੀ ਭੰਗ ਹੋ ਸਕਦੀ ਆ। ਇਸ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਇਹ ਸ਼ਾਂਤੀ ਬਣੀ ਰਹਿਣੀ ਚਾਹੀਦੀ ਆ। ਹਾਲਾਂਕਿ ਅੰਮ੍ਰਿਤਪਾਲ ਸਿੰਘ ਵੀ ਬੜੇ ਅਹਿੰਸਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਪ੍ਰਚਾਰ ਕਰ ਰਿਹਾ,
ਤੇ ਅਸੀਂ ਇਹ ਕਹਿੰਦੇ ਹਾਂ ਕਿ ਵੀ ਹਰ ਇੱਕ ਸਿੱਖ ਜਿਹੜਾ ਜਦੋਂ ਪੰਥਕ ਮਸਲਿਆਂ ਦੇ ਉੱਤੇ ਆਪਣੇ ਪੰਥਕ ਹੱਕਾਂ ਦੀ ਗੱਲ ਕਰਦਾ ਉਸ ਨੂੰ ਸ਼ਾਂਤਮਈ ਤਰੀਕੇ ਨਾਲ ਹੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ। ਆਹ ਹਥਿਆਰਾਂ ਵਾਲੀ ਤੇ ਚਲੋ ਕਲਗੀਧਰ ਪਾਤਸ਼ਾਹ ਜੀ ਦਾ ਬਾਅਦ ਚ ਹੁਕਮ ਹੈ, ਜਦੋਂ ਹੀਲੇ ਵਸੀਲੇ ਖਤਮ ਹੋ ਜਾਂਦੇ ਤੇ ਜਦੋਂ ਸਾਰਾ ਕੁਝ ਹੀ ਖਤਮ ਹੋ ਜਾਏ ਤੇ ਉਦੋਂ ਹਥਿਆਰ ਚੁੱਕਣਾ ਕਲਗੀਧਰ ਪਾਤਸ਼ਾਹ ਦਾ ਹੁਕਮ ਹੈਗਾ ਵੀ ਜਾਇਜ਼ ਹੈਗਾ। ਪਰ 99% ਹਰ ਇੱਕ ਸਿੱਖ ਨੂੰ ਇਹੋ ਜਿਹੇ ਕਦਮ ਪੁੱਟਣੇ ਚਾਹੀਦੇ ਵੀ ਜਿਸ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਪੰਥਕ ਹੱਕਾਂ ਦੀ ਗੱਲ ਕੀਤੀ ਜਾਵੇ, ਸਾਰੀ ਦੁਨੀਆਂ ਤੱਕ ਪਤਾ ਲੱਗੇ ਵੀ ਸਾਡੇ ਹੱਕ ਕੀ ਹੈਗੇ ਆ, ਸਾਡੇ ਨਾਲ ਜੇ ਧੱਕਾ ਵੀ ਹੋ ਰਿਹਾ ਤੇ ਸ਼ਾਂਤਮਈ ਤਰੀਕੇ ਨਾਲ। ਅੱਜ ਇੰਨਾ ਵੱਡੇ ਪੱਧਰ ਤੇ ਮੀਡੀਆ ਹੈਗਾ, ਮੀਡੀਆ ਦੇ ਜ਼ਰੀਏ ਅਸੀਂ ਸਾਰੀ ਦੁਨੀਆਂ ਦੇ ਵਿੱਚ ਗੱਲ ਜਿਹੜੀ ਭੇਜ ਸਕਦੇ ਹਾਂ। ਪਤਾ ਲੱਗਾ ਸੀ ਪੰਜਾਬ ਦੇ ਵਿੱਚ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ, ਪਰ ਸਾਰੀ ਦੁਨੀਆਂ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਜਿੰਨੇ ਵੀ ਹੋਰ ਵਰਲਡ ਦੇ ਵਿੱਚ, ਯੂਰਪ ਦੇ, ਅਰਬ ਦੇ ਵਿੱਚ, ਸਾਰੀ ਦੁਨੀਆਂ ਦੇ ਵਿੱਚ ਕਿਤੇ ਵੀ ਇੰਟਰਨੈਟ ਬੰਦ ਨਹੀਂ ਹੋਇਆ, ਪੰਜਾਬ ਦਾ ਇੰਟਰਨੈਟ ਬੰਦ ਹੋਇਆ ਸੀ। ਸੋ ਸਾਰੀ ਦੁਨੀਆਂ ਦੇ ਵਿੱਚ ਜਿੰਨੇ ਸਿੱਖ ਵੱਸਦੇ ਉਹਨਾਂ ਨੂੰ ਮੈਂ ਕਹਿੰਦਾ ਇੰਟਰਨੈਟ ਦੇ ਜ਼ਰੀਏ ਇਸ ਗੱਲ ਦਾ ਵਿਰੋਧ ਕਰੋ ਵੀ ਯਾਰ ਇਹ ਗੱਲ ਗਲਤ ਹੈਗੀ ਆ, ਇਹ ਲੋਕਤੰਤਰ ਦਾ ਘਾਣ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਆਓ ਸਾਰੇ ਮਤਭੇਦ ਛੱਡ ਕੇ ਲਾਂਭੇ ਰੱਖ ਕੇ ਪੰਥਕ ਮਸਲਿਆਂ 'ਤੇ ਆਪਾਂ ਏਕਾ ਕਰੀਏ, ਸਾਨੂੰ ਏਕਾ ਕਰਨ ਦੀ ਜ਼ਰੂਰਤ ਹੈਗੀ ਆ। ਅੱਜ ਸ਼੍ਰੋਮਣੀ ਕਮੇਟੀ ਜਿਹੜੀ ਕਿ ਪਿਛਲਿਆਂ ਸਮਿਆਂ ਦੇ ਵਿੱਚ ਸਾਡੇ ਜਿਹੜੇ ਪੰਥਕ ਲੀਡਰ ਖਵਾਉਂਦੇ ਸੀ ਅਤੇ ਸ਼੍ਰੋਮਣੀ ਕਮੇਟੀ ਆ, ਇਹ ਲੀਹ ਤੋਂ ਲੱਥੀ ਰਹੀ ਹੈ, ਕੋਈ ਸ਼ੱਕ ਨਹੀਂ ਹੈਗਾ, ਲੱਥੀ ਰਹੀ ਹੈ। ਇਹ ਅੱਜ ਵੀ ਇਹ ਲੋਕ ਜਾਗ ਜਾਣ, ਅੱਜ ਵੀ ਇਹਨਾਂ ਦੀ ਜਾਗ ਖੁੱਲ੍ਹ ਜੇ ਅਤੇ ਪੰਥ ਪ੍ਰਸਤ ਬਣ ਕੇ ਉਹ ਕੌਮ ਦੀ ਸੇਵਾ ਕਰਨ, ਪੰਜਾਬ ਦਾ ਭਲਾ ਕਰਨ। ਅਤੇ ਮੇਰਾ ਖਿਆਲ ਵੀ ਅੱਜ ਵੀ ਕੌਮ ਜਿਹੜੀ ਆ ਉਹਦੀ ਪਿੱਠ ਨਹੀਂ ਕੋਈ ਲਵਾ ਸਕਦਾ, ਜੇ ਅੱਜ ਸਾਡੀ ਕੌਮ ਦਾ ਏਕਾ ਹੋ ਜੇ। ਮਹਾਰਾਜ ਕਿਰਪਾ ਕਰੇ ਸਾਡੀ ਕੌਮ ਦਾ ਏਕਾ ਹੋਵੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਭਾਈ ਹਰਚਰਨ ਸਿੰਘ ਜੀ ਨੇ ਕੀ ਕਿਹਾ, ਕੀ ਸੁਨੇਹਾ ਦਿੱਤਾ ਹੈ ਸਾਰੇ ਜਥੇਬੰਦੀਆਂ ਨੂੰ, ਸਾਰੇ ਨੌਜਵਾਨਾਂ ਨੂੰ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅੰਮ੍ਰਿਤਪਾਲ ਕੋਈ ਮੁਜਰਿਮ ਨਹੀਂ ਹੈ, ਨਾ ਹੀ ਕੋਈ ਨਸ਼ੇ ਦੀ ਗੱਲ ਕਰਦਾ, ਨਾ ਹੀ ਕਿਸੇ ਪਾਰਟੀ ਨਾਲ ਸੰਬੰਧਿਤ ਹੈ। ਉਹ ਤਾਂ ਉਲਟਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਰਿਹਾ ਹੈ, ਅਤੇ ਇਸ ਲਈ ਉਹਨਾਂ ਨੇ ਸਾਰੀ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ, ਆਮ ਲੋਕਾਂ ਨੂੰ, ਸਿੱਖਾਂ ਨੂੰ ਜਾਗਰਿਤ ਕੀਤਾ ਹੈ, ਅਪੀਲ ਕੀਤੀ ਹੈ ਕਿ ਆਓ ਅੰਮ੍ਰਿਤਪਾਲ ਦਾ ਸਾਥ ਦਿਓ। ਹੁਣ ਦੋਸਤੋ, ਆਉਣ ਵਾਲੇ ਸਮੇਂ ਵਿੱਚ ਕੀ ਇਸ ਦੀ ਅਪਡੇਟ ਹੋਏਗੀ, ਕੀ ਇਸ ਦੀ ਜੋ ਵੀ ਖਬਰ ਸਾਹਮਣੇ ਨਿਕਲ ਗਏਗੀ, ਉਹ ਤੁਹਾਡੇ ਰੂਬਰੂ ਲੈ ਕੇ ਪੇਸ਼ ਹੋਵਾਂਗੇ। ਉਦ ਤੱਕ ਮੈਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ। ਧੰਨਵਾਦ।